Mane cerita dulu sudah hawa. Sari pertanu, Facebook kali yang matangan. Santu kul bulu long, koti koti per nam. Sari pertanyaan, jinne mi live pertanyaan dek rai ne. Video nu bad to bad share karo, te mere naal judo. चलो वो तो मैं गलत भी हूँ, चलो इन्ना है ना, मैं कह सकता भी नशा करता हाँ तो गलत भी होऊंगा, पर जो एक लेडी जज ने सानू बरी किया, सानू मैनू मेरे डैडी मेरी माता तो फिर केस करने का कोई मतलब नहीं। तुसी अपने साथ ब्याह कराओ, असी अपने साथ ब्याह कराइए, वधिया गल ना। सत श्रीकाल जी सारयां नू, एक गीत लैके आए हाँ, गल दिल नू बजदी है वीरे, जदों पता लगता भी पग वाले मुंडे आ ना, पग बांधदे आ सोहणियां सोहणियां पगां बांधदे आ, पर बुल्लां थले कूलिप जरदा वगैरह वगैरह रखदे आ। आ जरा गीत उन्हां तक पहुंचा दिओ एक वारी। ਉਹ ਦੇਖੇ ਸਰਦਾਰ ਬੜੇ ਬੰਨਦੇ ਜੋ ਪੱਗ ਲੁੱਚੇ ਕਿਰਦਾਰ ਦੇ, ਉਹ ਬੁੱਲਾ ਥੱਲੇ ਰੱਖਦੇ ਆ ਕੂਹਲ ਪਜਰਦਾ ਤੇ ਸੂਟੇ ਮਾਰਦੇ, ਉਹ ਦੇਖੇ ਸਰਦਾਰ ਬੜੇ ਬੰਨਦੇ ਜੋ ਪੱਗ ਲੁੱਚੇ ਕਿਰਦਾਰ ਦੇ, ਉਹ ਬੁੱਲਾ ਥੱਲੇ ਰੱਖਦੇ ਆ ਕੂਹਲ ਪਜਰਦਾ ਤੇ ਸੂਟੇ ਮਾਰਦੇ, ਉਹ ਗੰਦਾ ਕਰਦੇ ਕਰਮ ਕਾ ਤੋਂ ਆਉਂਦੀ ਨਾ ਸ਼ਰਮ, ਉਹ ਭੋਰਾ ਕਰਦੇ ਨਾ ਖਿਆਲ ਕਿਉਂ ਪਿਉਂਦੀ ਪੱਗ ਦਾ, ਉਹ ਦਿੰਦਾ ਨੀ ਉਹ ਸੋਭਾ ਉਸ ਮੂੰਹ ਚ ਜਰਦਾ, ਜਿਹੜੇ ਆ ਬੁੱਲਾ ਚ ਪਾਈਏ ਲੜ ਪੱਗ ਦਾ, ਉਹ ਦਿੰਦਾ ਨੀ ਉਹ ਸੋਭਾ ਉਸ ਮੂੰਹ ਚ ਜਰਦਾ, ਜਿਹੜੇ ਆ ਬੁੱਲਾ ਚ ਪਾਈਏ ਲੜ ਪੱਗ ਦਾ, ਉਹ ਧੀਆਂ ਭੈਣਾਂ ਪਿੰਡ ਦੀਆਂ ਸਭ ਸਾਂਝੀਆਂ, ਉਹ ਕਾ ਤੋਂ ਮੈਲੀਆਂ ਅੱਖਾਂ ਦੇ ਨਾਲ ਫਿਰੇ ਤੱਕਦਾ, ਨਰਕਾਂ ਦੇ ਬੂਹੇ ਖੋਲੀ ਜਾਵੇਂ ਆਪ ਹੀ, ਆ ਜਾ ਕੇ ਅੱਧੇ ਹੱਥੇ ਜਦੋਂ ਵੀ ਆ ਟਹਿਮ ਚੱਕਦਾ, ਨਰਕਾਂ ਦੇ ਬੂਹੇ ਖੋਲੀ ਜਾਵੇਂ ਆਪ ਹੀ, ਉਹ ਜਾ ਕੇ ਅੱਧੇ ਹੱਥੇ ਜਦੋਂ ਵੀ ਆ ਟਹਿਮ ਚੱਕਦਾ, ਆਖੇ ਕੁੜੀ ਬੜੀ ਸੋਹਣੀ ਭੈਣ ਤੇਰੀ ਵੀ ਤਾਂ ਹੋਣੀ, ਉਹ ਘਰੇ ਲੱਗੀ ਹੋਵੇ ਅੱਗ ਪਤਾ ਫੇਰ ਲੱਗਦਾ, ਉਹ ਦਿੰਦਾ ਨੀ ਉਹ ਸੋਭਾ ਉਸ ਮੂੰਹ ਚ ਜਰਦਾ, ਜਿਹੜੇ ਆ ਬੁੱਲਾਂ ਚ ਪਾਈਏ ਲੜ ਪੱਗਦਾ, ਉਹ ਦਿੰਦਾ ਨੀ ਉਹ ਸੋਭਾ ਉਸ ਮੂੰਹ ਚ ਜਰਦਾ, ਜਿਹੜੇ ਆ ਬੁੱਲਾਂ ਚ ਪਾਈਏ ਲੜ ਪੱਗਦਾ, ਉਹ ਕਰਦੇ ਜੋ ਗੀਤਾਂ ਵਿੱਚ ਅਸਲਾ ਤੇ ਨਸ਼ਾ ਪਰ ਮੋਟਿਆ ਨਹੀਂ, ਆਖਦਾ ਏ ਭਾਉ ਉਹਨਾਂ ਗੀਤਕਾਰਾਂ ਦਾ ਤਾਂ ਵਿਕਦਾ ਏ ਨਾ ਨਹੀਂ, ਓਏ ਆਖਦਾ ਏ ਭਾਉ ਉਹਨਾਂ ਗੀਤਕਾਰਾਂ ਦਾ ਤਾਂ ਵਿਕਦਾ ਆ ਨਾ ਨਹੀਂ, ਰਹਿ ਗਏ ਕਾਪੀਆਂ ਚ ਗੀਤ ਐਸੀ ਬਣ ਗਈ ਆ ਰੀਤ, ਬੱਚੇ ਬੱਚੇ ਉੱਠ ਕੇ ਤਾਂ ਹੁਣ ਸਟਾਰ ਹੋ ਗਏ, ਉਹ ਬੱਚੇ ਬੱਚੇ ਉੱਠ ਹੁਣ ਤਾਂ ਸਟਾਰ ਹੋ ਗਏ, ਉਹ ਜਿਹੜੇ ਕਰਦੇ ਰਿਆਜ ਉਹ ਗਰੀਬ ਗੁਮਨਾਮ, ਉੱਥੇ ਪੈਸੇ ਵਾਲੇ ਵੱਡੇ ਕਲਾਕਾਰ ਹੋ ਗਏ, ਉਹ ਜਿਹੜੇ ਕਰਦੇ ਰਿਆਜ ਜੋ ਗਰੀਬ ਗੁਮਨਾਮ, ਇੱਥੇ ਪੈਸੇ ਵਾਲੇ ਵੱਡੇ ਕਲਾਕਾਰ ਹੋ ਗਏ ਹੋ। ਥੈਂਕ ਯੂ ਜੀ, ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਨਾ, ਤੇ ਇੱਕ ਗੀਤ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਪੱਗ ਬੰਨ ਕੇ ਗਲਤ ਕੰਮ ਕਰਦੇ ਆ। ਇਹ ਚ ਗੁਰੂ ਮਹਾਰਾਜ ਆਪਣੇ ਗੁਰਦੇਵ ਬੱਬੂ ਮਾਨ ਜੀ ਆਪਣੇ ਜਿਹੜੇ ਭਗਤਾਂ ਨੂੰ ਜਿਹੜੇ ਉਹਨਾਂ ਨੂੰ ਫੋਲੋ ਕਰਦੇ, ਉਹਨਾਂ ਨੂੰ ਕਿਵੇਂ ਸਮਝਾ ਰਹੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਪਿਆਰ ਹੋ ਗਿਆ, ਕਿਵੇਂ ਕਿਸੇ ਕੁੜੀ ਦਾ ਦੁਪੱਟਾ ਖਿੱਚਣਾ ਆ, ਕਿਵੇਂ ਕਿਸ ਕਰਨੀ ਆ, ਕਿਵੇਂ ਚਾਬੀ ਕਰਨਾ ਆ, ਕਿਵੇਂ ਬਾਰਿਸ਼ ਦੇ ਵਿੱਚ, ਬਾਰਿਸ਼ ਦੇ ਮਹੀਨੇ ਮਜ਼ਾ ਲੈ ਜਵਾਨੀ ਦਾ, ਡਿੱਗੀ ਪਲਕੁੰਪੀ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਪਾਂ ਉਹ ਆਪਣੇ ਫੋਲੋਅਰਾਂ ਨੂੰ ਜਿਹੜੇ ਉਹਨਾਂ ਦੇ ਫੈਨ ਆ, ਜਿਹੜੇ ਉਹਨਾਂ ਦੇ ਚੇਲੇ ਵਾਲੀ ਆ, ਉਹਨਾਂ ਨੂੰ ਦੱਸਦੇ ਰਹਿੰਦੇ ਨੇ ਬੱਬੂ ਮਾਨ ਸਾਹਿਬ, ਤਾਂ ਮੈਂ ਉਹਨਾਂ ਦੇ ਫੈਨਸ ਨੂੰ ਉਹਨਾਂ ਦੀ ਰੀੜ੍ਹ ਦੀ ਹੱਡੀ ਕਰਾਉਣ ਲੱਗਾ ਹਾਂ, ਅਤੇ ਜਿਹੜੇ ਇਹੋ ਜਿਹੇ ਕਲਾਕਾਰਾਂ ਨੂੰ ਨਹੀਂ ਪਸੰਦ ਕਰਦੇ ਉਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨ। ਮੈਂ ਜਿਹੜੇ ਬੱਬੂ ਮਾਨ ਨੂੰ ਫੋਲੋ ਕਰਦੇ ਉਹਨਾਂ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਵੀਡੀਓ ਆਪਣੀ ਮਾਂ ਭੈਣ ਜਾਂ ਧੀ ਦੇ ਲਾਗੇ ਬੈਠ ਕੇ ਦੇਖਣ ਵਾਲੀ ਹੈਗੀ ਆ, ਕੀ ਸਿਖਾਓਗੇ ਆਪਣੀ ਧੀ ਨੂੰ ਬਣਾ ਕਰੇ, ਇਹ ਤੁਹਾਡੀ ਧੀ ਤੁਹਾਨੂੰ ਕੱਲ੍ਹ ਨੂੰ ਪੁੱਛ ਲਏ ਕਿ ਡੈਡੀ ਜੀ ਤੁਸੀਂ ਕਿਹਨੂੰ ਫੋਲੋ ਕਰਦੇ ਆ, ਤੁਸੀਂ ਕੀ ਕਹੋਗੇ ਬੱਬੂ ਮਾਨ ਨੂੰ? ਮੈਂ ਹਾਂ ਸੰਤ ਚੁਲਬੁਲ ਚੁਲ, ਜਿਤਨੇ ਵੀ ਮਾਇਆ ਦੇਣੀ ਹੈ, ਜਿਤਨੇ ਵੀ ਜਾਣਿਆਂ ਨੇ ਮਾਇਆ ਦੇਣੀ ਹੈ, ਉਹ ਮੇਰੇ ਅਕਾਊਂਟ ਨੰਬਰ ਦੇ ਵਿੱਚ ਪਾਓ, ਜਿਹੜਾ ਗੱਡੀ ਲੈ ਕੇ ਦਊਗਾ ਕਿਰਪਾ ਉਹਦੇ 'ਤੇ ਆਉਣੀ ਸ਼ੁਰੂ ਹੋ ਜਾਏਗੀ ਜੀ। ਕੱਪੜੇ ਲੈ ਲਿਆ ਦੇਖੋ, ਬਾਹਰ ਵਾਲੇ ਪੈਸੇ ਨਾ, ਬੂਟ ਵੀ ਲਏ ਆ, ਆ ਜੈਕਟਾਂ ਵੀ ਲਈਆਂ ਦੇਖੋ, ਹਲੋ ਆ 3,000 ਦੀ ਜੈਕਟ, ਹਿਸਾਬ ਦੇਣ ਲੱਗਾ, ਕਈ ਗੰਢੂ ਹਿਸਾਬ ਮੰਗਣ ਦੇ ਮੇਰੇ ਕੋਲ, ਜਿਹਨਾਂ ਨੇ ਕੋਈ ਤੇਲ ਨਹੀਂ ਦਿੱਤੀ ਹਿਸਾਬ ਮੰਗਣ ਦੇ ਮੇਰੇ ਕੋਲ, ਮੈਂ ਦਿਖਾਉਣ ਲੱਗਾ, ਹਲੋ 3,000 ਦੀ ਜੈਕਟ, ਹਲੋ ਜਰਾਬਾ ਆਪਣਾ ਪੈਂਟ 1,550 ਦੀ ਪੈਂਟ, ਠੀਕ ਆ ਬਾਈ, ਸਾਡੇ ਕੱਲ੍ਹ ਹੀ ਆ, ਰੀਸ ਕਰੋ ਯਾਰ, ਸਾਡੇ ਕੱਲ੍ਹ ਹੀ ਆ, ਕਿਉਂ ਸਾਡਾ ਮਨਦੀਪ USA ਤੋਂ ਸਲਾਮ ਵੀਰ ਨੂੰ, ਹੁਣੇ 10,000 ਰੁਪਇਆ ਮੈਨੂੰ ਕੱਲ੍ਹ ਨੂੰ ਦਿੱਤਾ ਬੰਦੇ ਨੇ, ਹੁਣੇ ਸਾਰਿਆਂ ਨੇ ਮੂੰਹ ਕਹਿੰਦਾ ਚੱਪੇ ਮਾਰ ਲਾਈ ਹੋ ਗਏ, ਕਹਿੰਦਾ 1,00,000 ਚਾਹੀਦਾ, 50,000 ਚਾਹੀਦਾ, ਜੇ ਤੇਰੇ ਕੋਈ ਚੈਲੰਜ ਕਰੇ ਉਸੇ ਵੇਲੇ ਮੈਂ ਪਾਉਣਾ, ਹੁਣੇ ਆਉਂਦਾ ਪਾਉਣਾ ਹੁਣੇ, ਸਾਡੇ ਕੱਲ੍ਹ ਹੀ ਆ, ਕੀ ਗੱਲ, ਮੇਰੇ ਘਰ ਵਾਈਟ ਮੈਨੂੰ ਇੰਨੇ ਪੈਸੇ ਵੀ ਦਿੱਤੇ ਕਿ ਮੈਂ ਆਪਣੇ ਰਿਸ਼ਤੇਦਾਰਾਂ ਦਾ ਵਿਆਹ ਵੇਖ ਸਕਾਂ, ਮੇਰੀ ਭੂਆ ਮੁੰਡੇ ਦਾ ਵਿਆਹ, ਜੇ ਮੈਂ ਜੈਕਟ ਲੈ ਲਈ, ਕਿੰਨੇ ਸਾਰੇ ਸਾਲ ਬਾਅਦ ਜੇ ਮੈਂ ਜੈਕਟ ਲੈ ਲਈ ਤਾਂ ਪੈਂਟ ਲੈ ਲਈ ਤਾਂ ਸ਼ਹਿਰ ਕੇ ਦੇ ਵਿੱਚ ਆਪਣਾ ਫੋਟੋ ਪਾਤੀ ਅਤੇ ਲਾਲੀ ਕੋ ਸਾਹਿਬ ਲਿਆ ਜਾਊਗਾ, ਲਾਲੀ ਪੈਸੇ ਖਾਣਾ ਵੀ ਖਾਣਾ ਠੋਕੇ ਕਿੰਨਾ ਖਾਣਾ ਪੈਸੇ ਤੁਹਾਨੂੰ ਕੋਈ ਜਿੰਦਾ ਤੁਸੀਂ ਖੜੋ, ਠੀਕ ਆ ਉਹ ਹੁਣ 10,000 ਰੁਪਇਆ ਪਾਇਆ ਨਾ, ਮੈਂ ਆਪਾਂ ਪੇ 'ਤੇ ਵੀ ਸ਼ੋਅ ਕਰਨਾ, ਪੇ 'ਤੇ ਵੀ ਮਨਦੀਪ ਵੀਰ ਅਮੈਰਿਕਾ ਵਾਲਾ, ਹੁਣੇ 10,000 ਰੁਪਇਆ ਪਾਇਆ, ਸਾਰੇ ਮੂੰਹ 'ਤੇ ਪੇੜ ਮਾਰੀ ਜਾਂਦਾ 50,000 ਰੁਪਇਆ ਦੇ ਦਿੰਦੇ ਆ, ਆਂਦਾ ਕੱਪੜੇ ਲੈ ਵਿਆਹ ਵੇਖ, ਹੁਣੇ ਆਂਦਾ ਕੱਪੜੇ ਲੈ ਨਵੀਂ ਜੈਕਟ ਬਦਲ ਕੇ ਪਾ, ਲੈਣਾ ਸਾਹਿਬ ਹੈ ਮੇਰੇ ਵੀਰੋ, ਰਾਤ ਸਾਰੀ ਸੁੱਤਾ ਨਹੀਂ, ਪਤਾ ਕਿਉਂ ਨਹੀਂ ਸੁੱਤਾ, ਮੇਰੇ ਖੁਦ ਦੇ ਬੰਦੇ ਜਿਹਨੂੰ ਮੈਂ ਭਰਾ ਮੰਨਦਾ, ਸਾਡਾ ਭਰਾ ਮੰਨਦਾ, ਜਿਹਨੂੰ ਮੈਂ ਉਹ ਬੰਦੇ ਮੇਰੀਆਂ ਲੱਤਾਂ ਖਿੱਚਣ ਦੇ, ਆਂਦੇ ਲਾਲੀ ਕੋ ਪੈਸੇ ਦਾ ਹਿਸਾਬ ਲਓ, ਲਾਲੀ ਕੱਪੜੇ ਕੱਪੜੇ ਲੈ ਜਾਂਦਾ ਆ, ਤਾਂ ਇਕੱਲੇ ਇਕੱਲੇ ਪੈਸੇ ਲਾਲੀ ਕੋ ਹਿਸਾਬ ਲਓ, ਲਓ ਪੈਸੇ ਦਾ ਹਿਸਾਬ ਲਾ ਦੀ, ਜਿਹਨਾਂ ਨੇ ਪੈਸੇ ਭੇਜੇ ਨਾ ਵੀਰ ਜੀ, ਜਿਹਨਾਂ ਨੇ ਪੈਸੇ ਭੇਜੇ ਆਉਂਦੇ ਉਹ ਤੁਸੀਂ ਹੋਰ ਸੜੋ, ਮੈਨੂੰ ਬਾਈ ਮਜ਼ਾ ਆਉਂਦਾ, ਇੱਦਾਂ ਮੈਨੂੰ ਕੁਛ ਨਹੀਂ ਆਉਣਾ, ਮੈਨੂੰ ਕੁਛ ਨਹੀਂ ਆਉਣਾ, ਮੈਨੂੰ ਕੁਛ ਨਹੀਂ ਆਉਣਾ, ਨਹੀਂ ਤੁਹਾਨੂੰ ਖਾਣੀ ਬਹਿ ਕੇ ਸਾਹਮਣੇ ਬਹਿ ਕੇ ਤੁਹਾਨੂੰ ਲਾਈਟ ਲੱਗ ਰਿਹਾ, ਦਿਖਾ ਨਾ
ਓਏ ਉਸਤਾਦ ਜੀ, ਜੇ ਮੈਂ ਤੁਹਾਡਾ ਮਾੜਾ ਨਹੀਂ ਕਰਦਾ ਯਾਰ, ਮੈਂ ਤੁਹਾਨੂੰ ਕੀ ਮਾੜਾ ਕਹਿੰਦਾ ਯਾਰ, ਹੈ? ਜੋ ਮੈਂ ਗਰੀਬੀ ਦੇ ਦਿਨ ਵੀ ਦੇਖਿਆ, ਮੈਂ ਡਰਾਕੇ ਨਾਲ ਆਇਆ, ਮੈਂ ਜੇ ਮੇਰੀ ਮਾਂ ਜਦੋਂ ਰੋਂਦੀ ਸੀ, ਜਦੋਂ ਮੈਂ ਡਰਕ ਲੈਣਾ, ਨਸ਼ੇ ਕਰਦਾ, ਹਾਂ ਮੈਂ ਕਿੱਦਾਂ ਉਹ ਠੀਕ ਆ, ਲੋਹੀ ਲੋਹੀ ਪੂਰੀ ਚੱਲ ਲੱਗਦਾ ਵਿਆਹ ਫਿਰ ਆ ਜਾਣਾ, ਮੈਂ ਪਤਾ ਨਾ ਸਕਦਾ, ਮੈਂ ਵਿਆਹ 'ਚ ਆ ਜਾਣਾ ਨਾ ਸਕਦਾ, ਅਤੇ ਵੀਰ ਪੈਸੇ ਮੈਂ ਖਾਊਂਗਾ, ਲਾਲ ਜੋਰ ਜਿੱਥੇ ਲੱਗਦਾ ਹੋਰ ਖਾਊਂਗਾ ਪੈਸੇ, ਰਿਪੋਰਟ ਕਰਨੀ ਕਰ ਦਿਓ ਹਾਂਜੀ ਹਾਂਜੀ, ਲਬਾਣਾ ਮੁਲਤਾਨੀ ਜੀ, ਖਾਲਿਸਤਾਨ ਵਾਲੀ ਆਈਡੀ ਨਾਂ ਦੱਸੋ ਵੀਰ ਦੀ, ਹੈਗੀ ਸੀ ਪਹਿਲਾਂ ਹਾਂਜੀ ਹਾਂਜੀ ਲਬਾਣਾ ਜੀ, ਜਸਵਿੰਦਰ ਡੌਨ ਸਾਹਿਬ ਦੀ ਨਾਂ ਦੀ ਪਹਿਲੀ ਆਈਡੀ ਹੁੰਦੀ ਮੇਰੀ, ਜਸਵਿੰਦਰ ਡੌਨ, ਪਰ ਨਹੀਂ ਹੁਣ ਜਿਹੜੀ ਆਈਡੀ ਆ ਉਹ ਤਾਂ ਮੈਂ ਬਹੁਤ ਕੁਛ ਕਰਦਾ, ਬਹੁਤ ਕੁਛ ਕਰਦਾ, ਪਾਗਲਾਂ ਦੀਆਂ ਗੱਲਾਂ ਕਰਦਾ।